इंसान दिन दे के समय सब तो ज्यादा कमजोर हुंदा है। हीरे जाने के डायमंड नू जेकर लावे दे विच सुट दईए तां की होवेगा? तुसी बिना कोई मेहनत कीते जॉन सीने वर्गे वड्डे WWE स्टार नू किवें हरा सकदे हो? मधुमक्खी सानू सिर्फ एक बार ही क्यों डंक मारदी है? अजे ही रोचक तथ जानने लई जुड़े रहो मेरे नाल। मैं हां तुहाडा होस्ट जसप्रीत सिंह ते तुसी देख रहे हो चोर टीवी। 42 ਸਾਲਾਂ ਦੀ UK ਦੇ ਵਿੱਚ ਰਹਿਣ ਵਾਲੀ ਐਨਾ ਨਾਮ ਦੀ ਔਰਤ ਨੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਫੇਕ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ। ਉਸਨੇ ਫੇਸਬੁੱਕ, WhatsApp ਤੇ ਇੰਸਟਾ ਦੇ ਉੱਪਰ ਲੋਕਾਂ ਤੋਂ ਡੋਨੇਸ਼ਨ ਮੰਗੀ ਕਿ ਉਸ ਨੂੰ ਕੈਂਸਰ ਹੈ ਤੇ ਪੂਰੀ ਦੁਨੀਆ ਦੇ ਵਿੱਚੋਂ ਉਸ ਔਰਤ ਨੂੰ 40 ਲੱਖ ਰੁਪਏ ਡੋਨੇਸ਼ਨ ਦੇ ਰੂਪ ਦੇ ਵਿੱਚ ਮਿਲ ਗਏ ਤੇ ਇਹ 40 ਲੱਖ ਰੁਪਈਆਂ ਦੇ ਨਾਲ ਉਸਨੇ ਲਗਜ਼ਰੀ ਲਾਈਫ ਜੀਣੀ ਸ਼ੁਰੂ ਕਰ ਦਿੱਤੀ ਤੇ ਬਹੁਤ ਸਾਰੇ ਪੈਸੇ ਉਸਨੇ ਜੂਏ ਦੇ ਵਿੱਚ ਵੀ ਉਡਾ ਦਿੱਤੇ ਤੇ ਅਜਿਹਾ ਕਰਨ ਤੋਂ 3 ਮਹੀਨੇ ਬਾਅਦ ਇਸ ਔਰਤ ਦਾ ਪਰਦਾਫਾਸ਼ ਹੋ ਗਿਆ। ਇਹ ਇੱਕ ਸਾਈਕੋਲੋਜੀਕਲ ਫੈਕਟ ਹੈ ਕਿ ਜਿਹੜੇ ਲੋਕ ਆਪ ਬਹੁਤ ਜ਼ਿਆਦਾ ਝੂਠ ਬੋਲਦੇ ਨੇ ਉਹ ਸਾਹਮਣੇ ਵਾਲੇ ਆਦਮੀ ਦਾ ਝੂਠ ਵੀ ਝੱਟ ਫੜ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਝੂਠ ਬੋਲਣ ਦੇ ਸਾਰੇ ਟ੍ਰਿਕ ਪਤਾ ਹੁੰਦੇ ਨੇ, ਇਸ ਲਈ ਉਹ ਸਾਹਮਣੇ ਵਾਲੇ ਦੇ ਝੂਠ ਨੂੰ ਝੱਟ ਫੜ ਲੈਂਦੇ ਨੇ। ਤੁਸੀਂ ਜਿਹੜੀਆਂ ਇਹ ਦੋਨੇ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਦੇਖਣ ਦੇ ਵਿੱਚ ਅਜਿਹਾ ਲੱਗ ਰਿਹਾ ਹੋਵੇਗਾ ਕਿ ਇਹ ਫੋਟੋਆਂ ਕਿਸੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਖਿੱਚੀਆਂ ਹੋਣਗੀਆਂ, ਪਰ ਤੁਸੀਂ ਇਹ ਗਲਤ ਹੋ ਕਿਉਂਕਿ ਇਹ ਇੱਕ ਡਰੋਨ ਦੀਆਂ ਫੋਟੋਆਂ ਨੇ ਜਿਹੜਾ ਕਿ ਗਲਤੀ ਦੇ ਨਾਲ ਇੱਕ ਜੰਗਲ ਦੇ ਵਿੱਚ ਡਿੱਗ ਪਿਆ ਸੀ। ਇਸ ਡਰੋਨ ਰਾਹੀਂ ਫੋਟੋਗ੍ਰਾਫਰ ਪੰਛੀਆਂ ਦੀਆਂ ਫੋਟੋਆਂ ਖਿੱਚ ਰਿਹਾ ਸੀ ਪਰ ਕਿਸੇ ਕਾਰਨ ਇਹ ਡਰੋਨ ਜੰਗਲ ਦੇ ਵਿੱਚ ਡਿੱਗ ਪਿਆ ਤੇ ਇਹਨਾਂ ਬਾਂਦਰਾਂ ਨੇ ਇਸ ਡਰੋਨ ਦੇ ਨਾਲ ਛੇੜਛਾੜ ਕਰਦੇ ਹੋਏ ਆਪਣੀਆਂ ਫੋਟੋਆਂ ਆਪ ਹੀ ਇਸ ਡਰੋਨ ਦੇ ਵਿੱਚ ਕਲਿੱਕ ਕਰ ਲਈਆਂ। ਜੇਕਰ ਤੁਹਾਡੇ ਕੋਲ ਆਪਣੇ ਘਰ ਦੇ ਵਿੱਚ ਅਸਲੀ ਬੰਦੂਕ ਹੈ ਤਾਂ ਇਸ ਨੂੰ ਕਦੇ ਵੀ ਆਪਣੇ ਪਾਲਤੂ ਕੁੱਤੇ ਦੇ ਕੋਲ ਨਾ ਰੱਖਣਾ ਕਿਉਂਕਿ ਇੱਕ ਵਾਰ ਇੰਡੀਆਨਾ ਦੇ ਵਿੱਚ ਰਹਿਣ ਵਾਲੇ ਇਨਸਾਨ ਨੂੰ ਅਜੇ ਹੱਲ ਲੱਗਿਆ ਕਿ ਉਸਦੇ ਘਰ ਦੇ ਬਾਹਰ ਕੋਈ ਭਾਲੂ ਹੈ, ਇਸ ਲਈ ਉਸਨੇ ਆਪਣੀ ਸ਼ਾਟਗਨ ਕੱਢੀ ਅਤੇ ਉਹ ਚੈੱਕ ਕਰਨ ਦੇ ਲਈ ਘਰ ਤੋਂ ਬਾਹਰ ਗਿਆ ਪਰ ਉੱਥੇ ਕੋਈ ਭਾਲੂ ਨਹੀਂ ਸੀ ਤੇ ਉਸ ਆਦਮੀ ਨੇ ਘਰ ਦੇ ਅੰਦਰ ਆ ਕੇ ਆਪਣੀ ਗਨ ਨੂੰ ਬੈੱਡ ਦੇ ਉੱਪਰ ਰੱਖ ਦਿੱਤਾ ਜਿੱਥੇ ਕਿ ਉਸਦਾ ਕੁੱਤਾ ਬੈਠਾ ਸੀ। ਉਹ ਗਨ ਲੋਡ ਕੀਤੀ ਹੋਈ ਸੀ ਤੇ ਪਤਾ ਨਹੀਂ ਕਿਸ ਤਰ੍ਹਾਂ ਕੁੱਤੇ ਨੇ ਉਸ ਗਨ ਨੂੰ ਚਲਾ ਦਿੱਤਾ ਤੇ ਉਸ ਦੇ ਵਿੱਚੋਂ ਨਿਕਲੀ ਗੋਲੀ ਉਸ ਇਨਸਾਨ ਦੇ ਪੈਰ ਦੇ ਵਿੱਚ ਲੱਗ ਗਈ ਤੇ ਇੱਥੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਉਸ ਕੁੱਤੇ ਦਾ ਨਾਮ ਵੀ ਟ੍ਰਿਗਰ ਸੀ। ਇਸ ਆਦਮੀ ਦੇ ਉਂਗਲਾਂ ਦੇ ਪੋਟੇ ਜਾਨੀ ਕਿ ਫਿੰਗਰ ਟਿਪ ਕੱਟੀਆਂ ਗਈਆਂ ਸਨ ਤੇ ਇਸ ਆਦਮੀ ਨੇ ਉਸ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਟੈਟੂ ਬਣਾ ਲਿਆ ਜਿਸ ਦੇ ਨਾਲ ਪਤਾ ਹੀ ਨਹੀਂ ਲੱਗਦਾ ਕਿ ਇਸ ਦੀਆਂ ਫਿੰਗਰ ਟਿਪ ਜਾਨੀ ਕਿ ਉਂਗਲਾਂ ਦੇ ਪੋਟੇ ਕੱਟੇ ਹੋਏ ਨੇ। ਜੇਕਰ ਤੁਸੀਂ ਇਸ ਫੋਟੋ ਨੂੰ ਦੇਖ ਕੇ ਸੋਚ ਰਹੇ ਹੋ ਕਿ ਇਹ ਅਸਲੀ ਹੈ ਤਾਂ ਤੁਸੀਂ ਗਲਤ ਹੋ। ਇਹ VFX ਦਾ ਕਮਾਲ ਹੈ ਤੇ ਆਇਰਨ ਮੈਨ ਦੇ ਸੂਟ ਬਣਾਉਣ ਦੇ ਵਿੱਚ ਵੀ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਇਹ ਦੇਖਣ ਦੇ ਵਿੱਚ ਬਿਲਕੁਲ ਨੇਚਰਲ ਤੇ ਅਸਲੀ ਲੱਗਦਾ ਹੈ ਪਰ ਅਸਲੀ ਹੈ ਨਹੀਂ। ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਬਿਨਾਂ ਬੋਡੀ ਬਣਾਏ ਹੀ WWE ਸਟਾਰ ਜੌਨ ਸੀਨਾ ਨੂੰ ਹਰਾ ਸਕਦੇ ਹੋ ਤਾਂ ਤੁਹਾਨੂੰ ਮੇਰੀ ਗੱਲ ਮਜ਼ਾਕ ਲੱਗੇਗੀ, ਪਰ ਇਹ ਪੋਸੀਬਲ ਹੈ। ਖੁਦ ਜੌਨ ਸੀਨਾ ਤੇ ਉਹਨਾਂ ਦੀ ਪਤਨੀ ਨੇ ਵੀ ਇਹ ਗੱਲ ਕਹੀ ਹੈ ਕਿ ਜੌਨ ਸੀਨਾ ਨੂੰ ਮੱਕੜੀਆਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ। ਜੌਨ ਸੀਨਾ ਮੱਕੜੀ ਤੋਂ ਥੋੜਾ ਨਹੀਂ ਬਲਕਿ ਬਹੁਤ ਜ਼ਿਆਦਾ ਡਰਦੇ ਨੇ, ਇਸ ਲਈ ਜੇਕਰ ਤੁਸੀਂ ਜੌਨ ਸੀਨਾ ਦੇ ਨਾਲ ਫਾਈਟ ਕਰਨੀ ਹੋਵੇ ਤਾਂ ਰਿੰਗ ਦੇ ਵਿੱਚ ਆਪਣੇ ਨਾਲ ਮੱਕੜੀ ਨੂੰ ਲੈ ਜਾਣਾ। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਦੇ ਵਿੱਚੋਂ ਇੱਕ ਗਿਣੇ ਜਾਣ ਵਾਲੇ ਬਿਲ ਗੇਟਸ ਇੱਕ ਫਾਰਮਰ ਯਾਨੀ ਕਿ ਕਿਸਾਨ ਵੀ ਹਨ? ਉਹ ਇਕੱਲੇ ਅਮਰੀਕਾ ਦੇ ਨਹੀਂ ਬਲਕਿ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਕਿਸਾਨ ਨੇ ਕਿਉਂਕਿ ਉਹਨਾਂ ਦੇ ਕੋਲ ਜਿੰਨੀ ਖੇਤੀਬਾੜੀ ਜ਼ਮੀਨ ਹੈ ਉਨੀ ਕਿਸੇ ਹੋਰ ਕੋਲ ਨਹੀਂ ਹੈ। ਤੁਸੀਂ ਕਈ ਫਿਲਮਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਫਾਂਸੀ ਲਗਾਉਣ ਤੋਂ ਪਹਿਲਾਂ ਲੋਕਾਂ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਜਾਂਦੀ ਹੈ। ਤੁਸੀਂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਬਿਨਾਂ ਕਿਸੇ ਦੀ ਆਖਰੀ ਇੱਛਾ ਪੁੱਛੇ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਤੇ ਉਸ ਇਨਸਾਨ ਦੀ ਆਖਰੀ ਇੱਛਾ ਪੂਰੀ ਹੋਣ ਤੇ ਹੀ ਉਸ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਕੋਵਿਡ ਦੇ ਕਾਰਨ ਇੰਡੀਆ ਦੇ ਵਿੱਚ ਇੱਕ ਅਜਿਹਾ ਰਿਕਾਰਡ ਬਣ ਗਿਆ ਜਿਸ ਦੇ ਬਾਰੇ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ ਕਿਉਂਕਿ ਪਿਛਲੇ 161 ਸਾਲਾਂ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਇੱਕ ਸਾਲ ਅਜਿਹਾ ਨਹੀਂ ਗੁਜ਼ਰਿਆ ਜਿਸ ਦੇ ਵਿੱਚ ਰੇਲਵੇ ਦੇ ਵਿੱਚ ਕਿਸੇ ਦੀ ਜਾਨ ਨਾ ਗਈ ਹੋਵੇ। ਹਰ ਸਾਲ ਰੇਲਵੇ ਦੇ ਵਿੱਚ ਰੇਲ ਦੇ ਥੱਲੇ ਆ ਕੇ ਜਾਂ ਉਸ ਦੇ ਸਾਹਮਣੇ ਆ ਕੇ 3000 ਲੋਕਾਂ ਦੀ ਜਾਨ ਜਾਂਦੀ ਹੈ। ਜਦੋਂ ਤੋਂ ਇੰਡੀਆ ਦੇ ਵਿੱਚ ਰੇਲਵੇ ਸਟਾਰਟ ਹੋਈ ਹੈ ਉਦੋਂ ਤੋਂ ਸਿਰਫ 2021 ਅਤੇ 2020 ਹੀ ਅਜਿਹੇ 2 ਸਾਲ ਸਨ ਜਿਸ ਦੇ ਵਿੱਚ ਰੇਲਵੇ ਦੇ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਸਾਲ 2020 ਤੋਂ ਹੀ ਵੱਡੀਆਂ-ਵੱਡੀਆਂ ਕੰਪਨੀਆਂ ਸੋਸ਼ਲ ਡਿਸਟੈਂਸ ਨੂੰ ਆਪਣੇ ਐਡਵਰਟਾਈਜ਼ਮੈਂਟ ਦੇ ਵਿੱਚ ਪ੍ਰਮੋਟ ਕਰ ਰਹੀਆਂ ਨੇ, ਜਿਵੇਂ ਕਿ 2020 ਦੇ ਵਿੱਚ ਹੀ ਐਡੀਡਾਸ ਨੇ ਟੋਮੀ ਕੈਸ਼ ਦੇ ਨਾਲ ਮਿਲ ਕੇ ਇੱਕ ਅਜਿਹੀ 1 ਮੀਟਰ ਦੇ ਬੂਟ ਬਣਾਏ ਨੇ ਜਿਹੜੇ ਕਿ ਸੋਸ਼ਲ ਡਿਸਟੈਂਸ ਨੂੰ ਪ੍ਰਮੋਟ ਕਰ ਰਹੇ ਹਨ। ਗੌਡਜ਼ਿਲਾ ਵਰਸੇ ਕਿੰਗ ਕੌਂਗ ਇਹ ਮੂਵੀ ਰਿਲੀਜ਼ ਹੋਣ ਤੋਂ ਕਈ ਹਫ਼ਤੇ ਪਹਿਲਾਂ ਹੀ ਲੋਕਾਂ ਦੇ ਵਿੱਚ ਹਾਈਪ ਬਣ ਗਈ ਸੀ ਤੇ ਗੌਡਜ਼ਿਲਾ ਨੂੰ ਲੋਕ ਇੰਨਾ ਜ਼ਿਆਦਾ ਪਸੰਦ ਕਰਨ ਲੱਗ ਗਏ ਸਨ ਕਿ ਕਈ ਜਗ੍ਹਾ ਤੇ ਇਸ ਦੀਆਂ ਮੂਰਤੀਆਂ ਵੀ ਬਣ ਗਈਆਂ ਸਨ। ਪਰ ਜੇਕਰ ਇਸ ਦੁਨੀਆ ਦੇ ਵਿੱਚ ਅਸਲ ਦੇ ਵਿੱਚ ਗੌਡਜ਼ਿਲਾ ਹੁੰਦਾ ਤਾਂ ਇਹ ਦੁਨੀਆ ਕੁਝ ਅਲੱਗ ਹੀ ਹੁੰਦੀ। ਜੇਕਰ ਗੌਡਜ਼ਿਲਾ ਦੇ ਸਾਈਜ਼ ਨੂੰ ਦੇਖ ਕੇ ਗੱਲ ਕਰੀਏ ਤਾਂ ਗੌਡਜ਼ਿਲਾ ਇੱਕ ਦਿਨ ਦੇ ਵਿੱਚ 65 ਕਰੋੜ ਲੀਟਰ ਪਿਸ਼ਾਬ ਕਰ ਦਿੰਦਾ ਤੇ ਉਸ ਦੀ ਪੋਟੀ ਨੂੰ ਸਟੋਰ ਕਰਨ ਦੇ ਲਈ ਹਰ ਰੋਜ਼ ਇੱਕ ਬਹੁਤ ਵੱਡਾ ਗਰਾਊਂਡ ਲੱਗਦਾ। ਕਿਸੇ ਵੀ ਕੰਪਨੀ ਦੇ ਫੇਕ ਪ੍ਰੋਡਕਟ ਮਿਲਣਾ ਮਿਲਣ ਪਰ ਐਡੀਡਾਸ ਦਾ ਫੇਕ ਪ੍ਰੋਡਕਟ ਤੁਹਾਨੂੰ ਮਾਰਕੀਟ ਦੇ ਵਿੱਚੋਂ ਜ਼ਰੂਰ ਮਿਲ ਜਾਵੇਗਾ ਤੇ ਇਸ ਚੀਜ਼ ਤੋਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਐਡੀਡਾਸ ਨੇ ਇੱਕ ਅਜਿਹੀ ਵਾਰਨਿੰਗ ਐਡ ਬਣਾਈ ਹੈ ਜੋ ਤੁਹਾਨੂੰ ਫੋਟੋ ਦੇ ਵਿੱਚ ਦਿਖਾਈ ਦੇ ਰਹੀ ਹੈ। ਇਸ ਦੇ ਵਿੱਚ ਐਡੀਡਾਸ ਨੇ ਦਿਖਾਇਆ ਹੈ ਕਿ ਜੇਕਰ ਤੁਸੀਂ ਐਡੀਡਾਸ ਦਾ ਕੋਈ ਫੇਕ ਸ਼ੂ ਪਾਓਗੇ ਤਾਂ ਤੁਹਾਡੇ ਪੈਰ ਦੀ ਹਾਲਤ ਅਜਿਹੀ ਹੋ ਜਾਵੇਗੀ ਕਿਉਂਕਿ ਅਜਿਹੇ ਨਕਲੀ ਐਡੀਡਾਸ ਦੇ ਸ਼ੂ ਪਾਉਣ ਦੇ ਨਾਲ ਤੁਹਾਡਾ ਪੈਰ ਡੈਮੇਜ ਹੋ ਸਕਦਾ ਹੈ। ਜਿਹੜੇ ਲੋਕ ਜੌਬ ਤੇ ਜਾਂਦੇ ਨੇ ਉਹ ਅਕਸਰ ਇਹ ਗੱਲ ਕਹਿੰਦੇ ਨੇ ਕਿ ਘਰ ਦੇ ਵਿੱਚ ਬੱਚਿਆਂ ਦੇ ਨਾਲ ਰਹਿਣਾ ਆਰਾਮਦਾਇਕ ਹੈ ਤੇ ਆਫਿਸ ਦੇ ਵਿੱਚ ਕੰਮ ਕਰਨਾ ਬਹੁਤ ਤਣਾਅ ਵਾਲਾ ਯਾਨੀ ਕਿ ਡਿਪਰੈਸ਼ਨ ਵਾਲਾ ਕੰਮ ਹੁੰਦਾ ਹੈ, ਪਰ 2020 ਦੇ ਵਿੱਚ ਜਦੋਂ ਵਰਕ ਫਰੋਮ
ਪਹਿਲਾਂ ਦੇ ਜ਼ਮਾਨੇ ਦੇ ਵਿੱਚ ਰੀਤੀ ਰਿਵਾਜ ਬਹੁਤ ਜ਼ਿਆਦਾ ਅਜੀਬ ਹੁੰਦੇ ਸਨ। ਇਹ ਗੱਲ ਤਾਂ ਤੁਸੀਂ ਵੀ ਮੰਨਦੇ ਹੋਵੋਗੇ, ਜਿਵੇਂ ਕਿ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਵਿੱਚ ਉੱਥੋਂ ਦੇ ਸ਼ਾਹੀ ਪਰਿਵਾਰ ਦੀਆਂ ਔਰਤਾਂ ਨੂੰ ਆਪਣੇ ਬੱਚੇ ਦੀ ਡਿਲੀਵਰੀ ਪਬਲਿਕ ਦੇ ਸਾਹਮਣੇ ਕਰਨੀ ਪੈਂਦੀ ਸੀ ਤਾਂ ਕਿ ਇਹ ਗੱਲ ਸਾਫ਼ ਹੋ ਜਾਵੇ ਕਿ ਪੈਦਾ ਹੋਣ ਵਾਲਾ ਬੱਚਾ ਅਸਲੀ ਰਾਜਾ ਜਾਂ ਰਾਣੀ ਹੈ, ਯਾਨੀ ਕਿ ਉਹ ਪਿਓਰ ਰੋਇਲ ਬਲੱਡ ਹੈ। ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਦਿਨ ਦੇ ਕਿਸ ਸਮੇਂ ਦੇ ਉੱਤੇ ਆਪਣੇ ਆਪ ਨੂੰ ਜ਼ਿਆਦਾ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਤੁਸੀਂ ਸਹੀ ਜਵਾਬ ਨਹੀਂ ਦੇ ਸਕੋਗੇ, ਪਰ ਬਹੁਤ ਸਾਰੇ ਸਰਵਿਆਂ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਇਨਸਾਨ ਦੇ ਵਿੱਚੋਂ ਖਾਸ ਕਰ ਆਦਮੀ ਉਹ ਦਿਨ ਦੇ 2 ਵਜੇ ਅਤੇ ਰਾਤ ਦੇ 2 ਵਜੇ ਸਭ ਤੋਂ ਜ਼ਿਆਦਾ ਕਮਜ਼ੋਰ ਯਾਨੀ ਕਿ ਟਾਇਰਡ ਮਹਿਸੂਸ ਕਰਦੇ ਹਨ। ਵਰਲਡ ਵਾਰ 2 ਯਾਨੀ ਕਿ ਦੂਜੀ ਸੰਸਾਰ ਜੰਗ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਜੰਗ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਪ੍ਰੋਪਰਟੀ ਦਾ ਨੁਕਸਾਨ ਹੋਣ ਕਰਕੇ ਨਹੀਂ ਬਲਕਿ ਬਹੁਤ ਜ਼ਿਆਦਾ ਇਨਸਾਨਾਂ ਦੀ ਮੌਤ ਹੋਣ ਦੇ ਕਾਰਨ ਮੰਨਿਆ ਜਾਂਦਾ ਹੈ, ਕਿਉਂਕਿ ਵਰਲਡ ਵਾਰ 2 ਦੇ ਵਿੱਚ ਬਹੁਤ ਜ਼ਿਆਦਾ ਮੈਨ ਪਾਵਰ ਦਾ ਨੁਕਸਾਨ ਹੋਇਆ ਸੀ। ਵਰਲਡ ਵਾਰ 2 ਦੇ ਵਿੱਚ ਜਿਸ ਦੇਸ਼ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਉਹ ਦੇਸ਼ ਸੀ ਜਰਮਨੀ। ਇਸ ਪੂਰੀ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਅਜੀਬੋ ਗਰੀਬ ਜੀਵ ਹਨ, ਪਰ ਇਸ ਪੂਰੀ ਦੁਨੀਆ ਦੇ ਵਿੱਚ 2 ਜੀਵ ਅਜਿਹੇ ਹਨ ਜਿਹੜੇ ਕਿ ਆਪਣੇ ਸਿਰ ਨੂੰ ਪਿੱਛੇ ਘੁਮਾਏ ਬਿਨਾਂ ਵੀ ਪਿੱਛੇ ਦੇਖ ਸਕਦੇ ਨੇ। ਉਹ 2 ਜੀਵ ਹਨ ਖਰਗੋਸ਼ ਤੇ ਤੋਤਾ, ਕਿਉਂਕਿ ਇਹ ਦੋਨੇ ਜੀਵਾਂ ਦੀਆਂ ਅੱਖਾਂ ਸਿਰ ਦੇ ਸਾਹਮਣੇ ਨਹੀਂ ਬਲਕਿ ਸਾਈਡ ਤੇ ਹੁੰਦੀਆਂ ਨੇ, ਇਸ ਲਈ ਉਹ ਅੱਗੇ ਤੇ ਪਿੱਛੇ ਦੋਵੇਂ ਇੱਕ ਟਾਈਮ ਤੇ ਦੇਖ ਸਕਦੇ ਨੇ। ਕੀ ਤੁਹਾਨੂੰ ਪਤਾ ਹੈ ਕਿ ਜੇਕਰ ਚੂਹਾ 5 ਮੰਜ਼ਲੀ ਇਮਾਰਤ ਤੋਂ ਵੀ ਥੱਲੇ ਡਿੱਗ ਜਾਵੇ ਤਾਂ ਵੀ ਉਸਦੀ ਮੌਤ ਨਹੀਂ ਹੋਵੇਗੀ? ਹਾਂਜੀ, ਉਸਨੂੰ ਸੱਟ ਜ਼ਰੂਰ ਲੱਗ ਸਕਦੀ ਹੈ ਪਰ ਉਸਦੀ ਮੌਤ ਨਹੀਂ ਹੋਵੇਗੀ, ਕਿਉਂਕਿ ਚੂਹੇ ਦੇ ਪੈਰ ਇੱਕ ਤਰੀਕੇ ਦੇ ਨਾਲ ਸਪ੍ਰਿੰਗ ਦੀ ਤਰ੍ਹਾਂ ਕੰਮ ਕਰਦੇ ਹਨ ਜੋ ਜੰਪ ਦੇ ਇੰਪੈਕਟ ਨੂੰ ਅਬਜ਼ਰਵ ਕਰ ਲੈਂਦੇ ਨੇ। ਕੈਲੰਡਰ ਦੇ ਹਿਸਾਬ ਦੇ ਨਾਲ 9ਵਾਂ ਮਹੀਨਾ ਸਪਤੰਬਰ ਹੁੰਦਾ ਹੈ ਤੇ ਉਸ ਦੇ ਵਿੱਚ 9 ਹੀ ਅੱਖਰ ਹੁੰਦੇ ਨੇ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਆਈ ਲੈਂਸ ਬਾਰੇ ਦੱਸਣ ਜਾ ਰਹੇ ਹਾਂ ਜਿਹੜਾ ਕਿ ਇੰਡੀਆ ਦੇ ਵਿੱਚ ਹੀ ਬਣਾਇਆ ਗਿਆ ਹੈ। ਇਸ ਦੇ ਅੰਦਰ 18 ਡਾਇਮੰਡ ਨੇ ਤੇ ਇਹ ਸਾਰੇ ਡਾਇਮੰਡ ਗੋਲਡ ਦੀ ਪਲੇਟ ਦੇ ਉੱਪਰ ਸਜਾਏ ਗਏ ਹਨ। ਇਸ ਦਾ ਵਜ਼ਨ 18 ਗ੍ਰਾਮ ਹੈ ਤੇ ਇਸ ਨੂੰ ਸੰਜੇ ਸ਼ਾਹ ਨਾਮ ਦੇ ਇੱਕ ਡਿਜ਼ਾਈਨਰ ਨੇ ਬਣਾਇਆ ਹੈ ਤੇ ਇਸ ਛੋਟੇ ਜਿਹੇ ਲੈਂਚ ਦੀ ਕੀਮਤ ਲਗਭਗ 11 ਲੱਖ ਰੁਪਏ ਹੈ। ਕੀ ਤੁਹਾਨੂੰ ਪਤਾ ਹੈ ਕਿ ਮਧੂ ਮੱਖੀਆਂ ਸਾਨੂੰ ਸਿਰਫ 1 ਵਾਰ ਹੀ ਡੰਗ ਮਾਰਦੀਆਂ ਨੇ? ਇਸ ਦੇ ਪਿੱਛੇ ਇੱਕ ਬਹੁਤ ਸੌਖਾ ਜਿਹਾ ਕਾਰਨ ਹੈ ਕਿ ਮਧੂ ਮੱਖੀਆਂ ਕਦੇ ਵੀ ਕਿਸੇ ਨੂੰ ਡੰਗ ਮਾਰਨਾ ਨਹੀਂ ਚਾਹੁੰਦੀਆਂ ਜਦ ਤੱਕ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ, ਕਿਉਂਕਿ ਮਧੂ ਮੱਖੀ ਨੂੰ ਖੁਦ ਵੀ ਸਾਡੇ ਡੰਗ ਮਾਰਨ ਤੋਂ ਬਾਅਦ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਜਦੋਂ ਮਧੂ ਮੱਖੀ ਸਾਨੂੰ ਡੰਗ ਮਾਰਦੀ ਹੈ ਤਾਂ ਉਹ ਸਾਡੇ ਮਸਲ ਦੇ ਵਿੱਚ ਜ਼ਹਿਰ ਨੂੰ ਛੱਡ ਦਿੰਦੀ ਹੈ। ਉਸ ਜ਼ਹਿਰ ਦੇ ਵਿੱਚ ਪ੍ਰੋਟੀਨ ਹੁੰਦਾ ਹੈ ਜਿਸ ਦੇ ਨਾਲ ਸਾਨੂੰ ਦਰਦ ਮਹਿਸੂਸ ਹੁੰਦਾ ਹੈ। ਸਾਡਾ ਦਰਦ ਤਾਂ 3-4 ਘੰਟਿਆਂ ਦੇ ਬਾਅਦ ਚਲਿਆ ਜਾਂਦਾ ਹੈ, ਪਰ ਮਧੂ ਮੱਖੀ ਨੂੰ ਆਪਣਾ ਡੰਗ ਸਾਡੇ ਸਰੀਰ ਦੇ ਵਿੱਚ ਹੀ ਛੱਡਣਾ ਪੈਂਦਾ ਹੈ, ਕਿਉਂਕਿ ਉਹ ਉਸਦੇ ਪਿਛਲੇ ਹਿੱਸੇ ਦੇ ਵਿੱਚ ਹੁੰਦਾ ਹੈ ਤੇ ਮਧੂ ਮੱਖੀ 1 ਵਾਰ ਡੰਗ ਮਾਰਨ ਤੋਂ ਬਾਅਦ ਆਪਣੇ ਡੰਗ ਨੂੰ ਫਿਰ ਤੋਂ ਨਹੀਂ ਕੱਢ ਸਕਦੀ। ਕੀ ਹੋਵੇਗਾ ਜੇਕਰ ਅਸੀਂ ਲਾਵੇ ਦੇ ਅੰਦਰ ਦੁਨੀਆ ਦੀ ਸਭ ਤੋਂ ਸਟਰੋਂਗ ਚੀਜ਼ ਡਾਇਮੰਡ ਯਾਨੀ ਕਿ ਹੀਰੇ ਨੂੰ ਸੁੱਟ ਦਈਏ? ਡਾਇਮੰਡ ਪਿਘਲ ਜਾਵੇਗਾ ਜਾਂ ਉਸਦਾ ਆਕਾਰ ਬਦਲ ਜਾਵੇਗਾ? ਤਾਂ ਇਸ ਦਾ ਜਵਾਬ ਇਹ ਹੈ ਕਿ ਇੱਥੇ ਲਾਵਾ ਹਾਰ ਜਾਵੇਗਾ ਤੇ ਡਾਇਮੰਡ ਜਿੱਤ ਜਾਵੇਗਾ। ਜੇਕਰ ਗੱਲ ਕਰੀਏ ਤਾਂ ਡਾਇਮੰਡ ਲਾਵੇ ਤੋਂ ਹੀ ਬਣਦਾ ਹੈ, ਜਦੋਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਕੰਪਰੈਸਡ ਕਾਰਬਨ ਬਣ ਜਾਂਦਾ ਹੈ ਉਸ ਦੇ ਨਾਲ ਹੀ ਡਾਇਮੰਡ ਬਣਦਾ ਹੈ, ਤੇ ਉਸ ਡਾਇਮੰਡ ਦਾ ਪਿਘਲਣ ਦਾ ਪੁਆਇੰਟ 4000 ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਹੁੰਦਾ ਹੈ ਤੇ ਲਾਵਾ ਦਾ ਹਾਈਐਸਟ ਟੈਂਪਰੇਚਰ ਹੁੰਦਾ ਹੈ 700 ਸੈਲਸੀਅਸ ਤੋਂ 1400 ਸੈਲਸੀਅਸ ਤੱਕ। ਇਸ ਲਈ ਲਾਵਾ ਡਾਇਮੰਡ ਦਾ ਕੁਝ ਵੀ ਨਹੀਂ ਵਿਗਾੜ ਸਕਦਾ। ਇਹ ਸਨ ਜੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ, ਉਸਦੇ ਬਾਰੇ ਇੱਕ ਰੋਚਕ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਸਾਡੇ ਫੇਸਬੁੱਕ ਪੇਜ ਜੋਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।